ਕਿੱਦਾਂ ਤੁਸੀਂ ਠੀਕ ਠਾਕ ਹੋ? ਹਾਂ, ਮੈਂ ਤੁਹਾਡਾ ਮੈਸੇਜ ਸੁਣਿਆ, ਮੈਨੂੰ ਤੁਹਾਡੀਆਂ ਗੱਲਾਂ ਆ ਗਈਆਂ, ਮੈਂ ਹੁਣ ਉਹਦਾ ਜਵਾਬ ਦੇਣ ਲੱਗਾ। ਉਹ ਇਹ ਹੈ ਕਿ ਪ੍ਰਸ਼ਾਸਨ ਵਾਸਤੇ ਹਮੇਸ਼ਾ ਹੀ ਮਾਸਟਰ ਸਲੀਮ ਖੜ੍ਹਾ ਹੈ ਔਰ ਹਮੇਸ਼ਾ ਹੀ ਖੜ੍ਹਾ ਰਹੇਗਾ। ਇੱਜ਼ਤ ਕਰਦੇ ਹਾਂ, ਰਿਸਪੈਕਟ ਕਰਦੇ ਹਾਂ ਅਸੀਂ ਆਪਣੇ ਪ੍ਰਸ਼ਾਸਨ ਦੀ, ਪੁਲਿਸ ਪ੍ਰਸ਼ਾਸਨ ਦੀ, ਔਰ ਹਮੇਸ਼ਾ ਕਰਦੇ ਰਹਾਂਗੇ, ਹੈ ਨਾ। ਔਰ ਜਦੋਂ ਵੀ ਕਦੀ ਮੈਨੂੰ ਮੇਰੀ ਜ਼ਰੂਰਤ ਪਈ ਹੈ, ਜਦੋਂ ਵੀ ਕਦੀ ਪ੍ਰਸ਼ਾਸਨ ਨੂੰ, ਤਾਂ ਮੈਂ ਹਮੇਸ਼ਾ ਹੀ ਖੜ੍ਹਾ ਹੋਇਆ। ਹੁਣ ਪਿੱਛੇ ਜੇ ਤੁਸੀਂ ਦੇਖਿਆ ਹੋਣਾ, ਵੋਟ ਪਾਉਣ ਵਾਸਤੇ ਲੋਕਾਂ ਨੂੰ ਅਪੀਲ ਕਰਨ ਵਾਸਤੇ ਵੀ ਮੈਨੂੰ ਬੁਲਾਇਆ ਸੀ ਡੀਸੀ ਸਾਹਿਬ ਨੇ, ਉਦੋਂ ਵੀ ਮੈਂ ਗਿਆ ਸੀ। ਆਈਕਨ ਬਣਾਇਆ ਸੀ ਮੈਨੂੰ, ਯੂਥ ਆਈਕਨ, ਹੈ ਨਾ, ਵੀ ਇਹ ਵੋਟ ਵਾਸਤੇ ਕਵੇ ਲੋਕਾਂ ਨੂੰ, ਜਿਹਨੂੰ ਮਰਜ਼ੀ ਪਾਓ ਪਰ ਵੋਟ ਵਾਸਤੇ ਕਹਿਣਾ ਚਾਹੀਦਾ ਸੀ। ਉਹ ਮੈਂ ਗਿਆ ਸੀ ਉਦੋਂ ਵੀ, ਹੈ ਨਾ। ਔਰ ਉਸ ਤੋਂ ਬਾਅਦ ਕਿਤੇ ਵੀ ਪੰਜਾਬ ਪੁਲਿਸ ਮਿਲਦੀ ਹੈ ਅਤੇ ਬੜੇ ਪਿਆਰ ਨਾਲ ਸਟੇਜ 'ਤੇ ਵੀ ਮੈਂ, ਤੁਸੀਂ ਮੇਰੇ ਜਾਗਰਣਸ ਦੀਆਂ ਵੀਡੀਓ ਦੇਖੋ, ਪੰਜਾਬੀ ਪ੍ਰੋਗਰਾਮ ਦੀਆਂ ਵੀਡੀਓ ਦੇਖੋ, ਉਹਦੇ 'ਤੇ ਵੀ ਮੈਂ ਕਹਿੰਦਾ ਕਿ ਪੰਜਾਬ ਪੁਲਿਸ ਸਾਡੀ ਆਪਣੀ ਪੁਲਿਸ ਹੈ ਜਿਹੜੀ ਸਾਡਾ ਬਹੁਤ ਪਿਆਰ ਕਰਦੀ ਹੈ, ਸਾਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ, ਸੁਰੱਖਿਆ ਸਾਡੀ ਇਹਨਾਂ ਦੇ ਹਵਾਲੇ ਹੈ, ਇਹ ਬਹੁਤ ਸਾਨੂੰ ਪਿਆਰ ਕਰਦੇ ਨੇ ਔਰ ਸਾਡੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਨੇ ਔਰ ਸਾਡੀ ਸਿਕਿਉਰਿਟੀ ਕਰਦੇ ਨੇ। ਪਰ ਉਦਨ ਮੈਨੂੰ ਨਹੀਂ ਸਮਝ ਆਈ ਕਿ ਭਾਅ ਜੀ ਉਹ ਕੀ ਨਾਂ ਸੀ ਉਹਨਾਂ ਦਾ, ਮੈਨੂੰ ਤਾਂ ਨਾਂ ਵੀ ਨਹੀਂ ਯਾਦ, ਪਰ ਉਹ ਜ਼ਿਆਦਾ ਹੀ ਕੁਛ ਡਿਸਰਿਸਪੈਕਟ ਤਰੀਕੇ ਨਾਲ ਮੇਰੇ ਨਾਲ ਬੋਲ ਰਹੇ ਸੀ, ਹਾਲਾਂਕਿ ਮੈਂ ਉਹਨਾਂ ਨਾਲ ਰਿਸਪੈਕਟ ਦੇ ਨਾਲ ਹੀ ਗੱਲ ਕੀਤੀ। ਤੁਸੀਂ ਦੇਖੀ ਹੋਣੀ ਵੀਡੀਓ, ਉਹਦੇ 'ਚ ਵੀ ਮੈਂ ਕਹਿ ਰਿਹਾ ਕਿ ਸਰ ਅਸੀਂ ਤੁਹਾਡੀ, ਤੁਸੀਂ ਆਫਿਸ ਸਾਡੇ ਰਿਸਪੈਕਟਡ ਆਫਿਸਰ ਹੋ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਸ਼ੁਕਰੀਆ ਜੀ। ਜੇ ਮੈਂ ਮਾਸਕ ਨਹੀਂ ਪਾਇਆ ਤਾਂ ਤੁਸੀਂ ਉਹਦੀ ਮੈਨੂੰ ਜਿਹੜੀ ਪੈਨਲਟੀ ਹੈ ਉਹ ਤੁਸੀਂ ਮੇਰੇ ਤੋਂ ਲਓ। ਅਤੇ 1000 ਰੁਪਈਆ ਮੈਂ ਉਹਨਾਂ ਨੂੰ ਦਿੱਤਾ, ਜੋਸ਼ ਭਾਅ ਜੀ ਨੂੰ ਮੈਂ ਕਿਹਾ, ਮੈਂ ਕਿਹਾ ਜੋਸ਼ ਇਹਨਾਂ ਨੂੰ 1000 ਰੁਪਈਆ ਦੇ ਦੇ। ਔਰ ਬਾਕੀ ਜਿਹੜੀ ਗੱਲ ਸੀ ਕਿ ਸਲੀਮ ਜੀ ਤੁਸੀਂ ਬੁਜ਼ਦਿਲੀ ਨਾ ਦਿਖਾਓ, ਯੇ ਨਾ ਕਰੋ, ਵੋ ਨਾ ਕਰੋ, ਪਹਿਲਾਂ ਮੈਨੂੰ ਗੱਡੀ 'ਚੋਂ ਕਹਿੰਦੇ ਬਾਹਰ ਆਓ, ਫੋਟੋ ਖਿਚਾਓ, ਸਾਰਿਆਂ ਨਾਲ ਫੋਟੋਆਂ ਖਿਚਾਈਆਂ। ਇਹ ਭਾਈ ਸਾਹਿਬ ਜਿਨ੍ਹਾਂ ਨੇ ਮੇਰਾ ਪੈਨਲਟੀ ਕੀਤਾ, ਜਿਨ੍ਹਾਂ ਨੇ ਫੋਟੋ ਮੇਰੇ ਨਾਲ ਖਿਚਾਈਆਂ, ਉਹਨਾਂ ਨੇ ਕਿਹੜਾ ਮਾਸਕ ਪਾਇਆ ਸੀ? ਐਨੀਵੇਸ, ਕੋਈ ਗੱਲ ਨਹੀਂ, ਮੈਂ ਤਾਂ ਨਾਲ ਹੀ ਹਾਂ ਪੰਜਾਬ ਪੁਲਿਸ ਦੇ ਹਮੇਸ਼ਾ ਹੀ। ਔਰ ਫੋਟੋ ਜਿਹੜੀ ਹੈ ਉਹਦੇ ਵਾਸਤੇ ਮੈਂ ਮਾਸਕ ਉਤਾਰਿਆ ਸੀ, ਗੱਡੀ 'ਚ ਵੀ ਮੈਂ ਮਾਸਕ ਪਾਇਆ ਹੋਇਆ ਸੀ, ਮੇਰੇ ਹੱਥ 'ਚ ਮਾਸਕ ਫੜਿਆ ਹੋਇਆ ਤੁਸੀਂ ਦੇਖੋ, ਅਤੇ ਨਾਲੇ ਮੇਰੇ ਸਿਰ ਦੀ ਸਰਜਰੀ ਹੋਈ ਸੀ, ਮੈਂ ਹੇਅਰ ਟ੍ਰਾਂਸਪਲਾਂਟ ਕਰਾਇਆ ਸੀ, ਅਤੇ ਟੈਂਪਲ ਜਿਹੜੇ ਉਹ ਮੈਂ ਉੱਥੇ ਵੀ ਹੇਅਰ ਲਵਾਏ ਸੀ। ਅਤੇ ਜਦੋਂ ਟੈਂਪਲ 'ਤੇ ਤੁਸੀਂ, ਜਿਹਨੂੰ ਟੈਂਪਲ ਮਤਲਬ ਕਿ ਜਿਹੜੀ ਪੁੜਪੜੀਆਂ ਜਿਹਨੂੰ ਕਹਿ ਦਿੰਦੇ ਆਪਾਂ, ਹੈ ਨਾ, ਉਹਦੇ 'ਤੇ ਜਦੋਂ ਵਾਲ ਲੱਗਦੇ ਆ, ਸੂਈਆਂ ਲੱਗਦੀਆਂ, ਅਤੇ ਤੁਹਾਡੀ ਸੋਜ ਜਿਹੜੀ ਉਹ ਕੰਨਾਂ ਤੱਕ ਪਹੁੰਚਦੀ ਹੈ, ਅਤੇ ਹੁਣ ਨੈਚੁਰਲੀ ਮਾਸਕ ਜਿਹੜਾ ਕੰਨਾਂ 'ਤੇ ਲਾਉਣਾ ਪੈਂਦਾ, ਅਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ, ਮੇਰੇ ਕੰਨ ਬੜੇ ਦਰਦ ਕਰ ਰਹੇ ਸੀ, ਇਸ ਕਰਕੇ ਮੈਂ ਮਾਸਕ ਥੋੜ੍ਹੀ ਦੇਰ ਲਈ ਰਿਮੂਵ ਕੀਤਾ ਸੀ, ਹੈ ਨਾ। ਅਤੇ ਮੈਨੂੰ ਉਹਨਾਂ ਨੇ ਪਹਿਲਾਂ ਬਾਹਰ ਕੱਢਿਆ, ਕੱਢ ਕੇ ਮੇਰੇ ਨਾਲ ਫੋਟੋਆਂ ਸਾਰਿਆਂ ਨੇ ਖਿਚਾਈਆਂ, ਫਿਰ ਇੱਕਦਮ ਹੀ ਭਾਅ ਜੀ ਪਤਾ ਨਹੀਂ ਭਾਰਤ ਭੂਸ਼ਣ ਉਹਨਾਂ ਦਾ ਸ਼ਾਇਦ ਨਾਮ ਸੀ, SI ਭਾਰਤ ਭੂਸ਼ਣ ਫਗਵਾੜੇ ਤੋਂ, ਉਹ ਸਲੀਮ ਜੀ ਇੰਨੀ ਬੁਜ਼ਦਿਲੀ ਨਾ ਕਰੋ, ਤੁਸੀਂ ਲੱਖਾਂ ਪੈਸੇ ਕਮਾਉਂਦੇ ਹੋ, ਇਹ ਕਰਦੇ ਹਾਂ, ਵੋ ਕਰਦੇ ਹਾਂ, 1000 ਰੁਪਏ ਦਾ ਚਲਾਨ ਨਹੀਂ ਭਰ ਸਕਦੇ, ਚਲਾਨ ਤਾਂ ਖੈਰ ਨਹੀਂ, ਉਹ ਪੈਨਲਟੀ। ਮੈਂ ਕਿਹਾ ਕੋਈ ਨਹੀਂ ਭਾਅ ਜੀ, ਤੁਸੀਂ 1000 ਰੁਪਇਆ ਲੈ ਲਓ, ਪਰ ਤੁਸੀਂ ਰਿਸਪੈਕਟ ਨਾ ਬੋਲੋ, ਪਿਆਰ ਨਾ ਕਰੋ, ਬਾਕੀ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਹਾਂ, ਅਤੇ ਜਿਹੜੀ ਕੋਈ ਸਾਡੀ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਹੈ ਜਾਂ ਸਾਡੇ ਕੋਲੋਂ ਕੋਈ ਗਲਤੀ ਤੁਹਾਨੂੰ ਲੱਗਦੀ ਹੈ, ਅਸੀਂ ਉਹਦੇ ਲਈ ਹਾਜ਼ਰ ਹਾਂ, ਤੁਸੀਂ ਸਾਡੇ ਤੋਂ ਐਜ਼ ਏ ਰਿਸਪੋਂਸੀਬਲ ਨਾਗਰਿਕ, ਹੈ ਨਾ, ਅਸੀਂ ਹਮੇਸ਼ਾ ਹੀ ਨਾਲ ਖੜ੍ਹੇ ਹਾਂ ਤੁਹਾਡੇ। ਪਰ ਉਹਨਾਂ ਨੇ ਭਾਅ ਜੀ ਉਹ ਤੁਹਾਡੇ ਸਾਹਮਣੇ ਬੋਲੀ ਗਿਆ, ਤੁਸੀਂ ਵੀਡੀਓ ਦੇਖਿਆ ਹੋਣਾ, ਉਹਨਾਂ ਨੇ ਬੜਾ ਬੜਾ ਕੁਛ ਕਿਹਾ, ਮੈਂ ਤਾਂ ਵੀ ਕੁਛ ਨਹੀਂ ਕਿਹਾ, ਹੈ ਨਾ, ਸ਼ਾਇਦ ਮੈਂ ਰਿਸਪੈਕਟ ਕਰਦਾ ਪੰਜਾਬ ਪੁਲਿਸ ਦੀ, ਇਸ ਕਰਕੇ ਮੈਂ ਕੁਛ ਨਹੀਂ ਕਿਹਾ, ਵਰਨਾ ਮੇਰੇ ਵੀ ਬੜੇ ਸਾਰੇ ਵਾਕਬ ਨੇ ਪੰਜਾਬ ਪੁਲਿਸ ਦੇ, ਬਹੁਤ ਸਾਰੇ ਐਸੇ ਆਫਿਸਰਸ ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ, ਔਰ ਬਹੁਤ ਸਾਰੇ ਮੈਂ ਉਹਨਾਂ ਨੂੰ ਉੱਥੇ ਫੋਨ ਵੀ ਕਰ ਸਕਦਾ ਸੀ, ਬਟ ਨਹੀਂ, ਜੋ 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 ਅਸੂਲ ਹੈ, ਜੋ ਕਾਨੂੰਨ ਹੈ, ਅਸੀਂ ਉਹਦੇ ਕਦੀ ਖਿਲਾਫ ਨਹੀਂ ਗਏ ਔਰ ਨਾ ਕਦੀ ਖਿਲਾਫ ਜਾਵਾਂਗੇ। ਐਨੀਵੇਜ਼, ਕੋਈ ਗੱਲ ਨਹੀਂ, ਮਾਲਕ ਉਹਨਾਂ ਦਾ ਭਲਾ ਕਰੇ, ਪਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕਿਹੜੀ ਕੋਈ ਖੁੰਦਕ ਕੱਢੀ ਮੇਰੇ ਨਾਲ, ਮੈਂ ਉਹਨਾਂ ਨੂੰ ਕੁਛ ਨਹੀਂ, ਮੇਰੀ ਕੋਈ ਉਹਨਾਂ ਦੇ ਨਾਲ ਖੁੰਦਕ ਨਹੀਂ, ਉਹਨਾਂ ਨੂੰ ਸ਼ਾਇਦ ਕੋਈ, ਜੇ ਮੇਰੇ ਨਾਲ ਕੋਈ ਖੁੰਦਕ ਹੋਵੇ ਉਹ ਮੈਂ ਕਹਿ ਨਹੀਂ ਸਕਦਾ, ਬਟ ਜਿਹੜੇ ਭਾਈ ਸਾਹਿਬ ਮੇਰਾ ਚਲਾਨ ਕੱਟ ਰਹੇ ਸੀ ਉਹਨਾਂ ਦਾ ਵੀ ਜਿਹੜਾ ਮਾਸਕ ਉਹ ਵੀ ਨੱਕ ਤੋਂ ਥੱਲੇ ਹੀ ਸੀ। ਚਲੋ ਕੋਈ ਗੱਲ ਨਹੀਂ, ਮਾਲਕ ਉਹਨਾਂ ਦੀ ਹੋਰ ਸਲਾਮਤੀ ਵਾਸਤੇ ਦੁਆ ਕਰਦਾ।